ਅੱਗੇ ਚਲੀ ਗਿਆ ਉਹ ਤਾਂ ਚੰਡੀਗੜ੍ਹ ਦੀਆਂ ਨੇ, ਚੰਡੀਗੜ੍ਹ ਮੱਧੇ ਮਾਰਗ ਦੀਆਂ ਤਸਵੀਰਾਂ ਦੇ ਸਕਦੇ ਹੋ। ਇਸ ਵਕਤ ਇਹ ਬਹੁਤ ਹੀ ਭਿਆਨਕ ਐਕਸੀਡੈਂਟ ਮੱਧੇ ਮਾਰਗ ਉੱਤੇ ਹੋਇਆ ਆ ਅਨਾਜ ਮੰਡੀ ਦੇ ਕੋਲ, ਤੇ ਇੱਕ ਮਹਿਲਾ ਕਾਂਸਟੇਬਲ ਹੈ ਜੋ ਇਸ ਵਕਤ ਮਹਿਲਾ ਪੁਲਿਸ ਅਧਿਕਾਰੀ ਹੈ ਜੋ ਆਰ ਬੀ ਆਈ ਦੀ ਕੈਸ਼ ਵੈਨ ਦੱਸੀ ਜਾ ਰਹੀ ਹੈ, ਆਰ ਬੀ ਆਈ ਬੈਂਕ ਦੀ ਕੈਸ਼ ਵੈਨ ਜੋ ਘਿਰ ਗਈ ਹੈ, ਤੇ ਉਸਦੇ ਵਿੱਚ ਜੋ ਮਹਿਲਾ ਕਾਂਸਟੇਬਲ ਹੈ ਉਸਦੇ ਵਿੱਚ ਫਸੀ ਹੋਈ ਅਸੀਂ ਦੇਖ ਸਕਦੇ ਹਾਂ, ਅਤੇ ਬਾਕੀ ਜੋ ਪੁਲਿਸ ਮੁਲਾਜ਼ਮ ਨੇ ਅਤੇ ਚੰਡੀਗੜ੍ਹ ਦੇ ਤੈਨਾਤ ਨੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਕਿ ਜੋ ਕਾਂਸਟੇਬਲ ਹੈ ਉਸਨੂੰ ਹੌਲ ਦਿੱਤੀ ਜਾ ਰਹੀ ਹੈ ਇਸ ਵਕਤ। ਇਸ ਖਾਲਸੇ ਦੌਰਾਨ ਇਸ ਬੰਦਾ ਜਾਂਚ ਗੱਡੀ ਦੇ ਵਿੱਚ ਪਹਿਲਾਂ ਸਵਾਰ ਸ਼ਿਕਾਰ ਹੁੰਦੀ ਹੈ ਕੱਢਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਦੇ ਮੱਧੇ ਮਾਰਗ ਦੀਆਂ ਤਸਵੀਰਾਂ ਨੇ ਜੋ ਪੁਲਿਸ ਮੁਲਾਜ਼ਮ ਜੋ ਮਹਿਲਾ ਪੁਲਿਸ ਮੁਲਾਜ਼ਮ ਇਸ ਗੱਡੀ ਦੇ ਵਿੱਚ ਉਸਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਸੀ ਬੀ ਦੇ ਨਾਲ ਕੀਤੀ ਜਾ ਰਹੀ ਹੈ। ਤੁਸੀਂ ਉੱਥੇ ਦੇਖ ਸਕਦੇ ਹੋ ਕਿ ਜੋ ਕਰੇਨ ਮੰਗਵਾਈਆਂ ਗਈਆਂ ਨੇ ਭੀੜ ਨੂੰ ਪਾਸੇ ਕੀਤਾ ਜਾ ਰਿਹਾ ਆ, ਅਤੇ ਆਸੇ ਦੌਰਾਨ ਡਰਾਈਵਰ ਤਾਂ ਨਿਕਲ ਗਿਆ ਇੱਕ ਸਾਈਡ ਤੋਂ ਜਦੋਂ ਰੂਟ ਲੱਗਿਆ ਹੁੰਦਾ ਬਕਾਇਦਾ ਲਾਈਵ ਰੈਸਕਿਊ ਆਪਰੇਸ਼ਨ ਤੁਹਾਨੂੰ ਸਿਖਾ ਰਹੇ ਹਾਂ। ਚੰਡੀਗੜ੍ਹ ਦੀਆਂ ਤਸਵੀਰਾਂ ਨੇ ਸੈਕਟਰ 28 ਨੂੰ ਜਾਂਦਾ ਹੈ ਜਿਹੜਾ ਮੇਨ ਰੋਡ ਪੈਂਦਾ ਹੈ। ਆਰ ਬੀ ਆਈ ਦੀ ਕੈਸ਼ ਵੈਨ ਨੇ ਜਿਨ੍ਹਾਂ ਦੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਨੇ। 4-5 ਗੱਡੀਆਂ ਲੈਣ 'ਚ ਖੜੀਆਂ ਨੇਗੀਆਂ। ਦੱਸਿਆ ਹੀ ਜਾ ਰਿਹਾ ਕਿ ਅੱਗੋਂ ਜਦੋਂ ਇੱਕ ਗੱਡੀ ਬ੍ਰੇਕ ਮਾਰਦੀ ਆ ਦੂਜੀ ਆ ਕੇ ਇੰਨੀ ਬੁਰੀ ਤਰ੍ਹਾਂ ਉਹਦੇ ਨਾਲ ਭਿੜ ਜਾਂਦੀ ਆ ਕਿ ਮਹਿਲਾ ਪੁਲਿਸ ਮੁਲਾਜ਼ਮ ਹੈ ਜਿਹੜੀ ਉਹ ਵਿੱਚ ਫਸ ਜਾਂਦੀ ਹੈ। ਫਿਰ ਆਖਿਰਕਾਰ ਦੋਨੇ ਪਾਸੇ ਟ੍ਰੇਲਾ ਪਾ ਕੇ ਪਹਿਲਾਂ ਟਰੱਕ ਖਿੱਚੇ ਗਏ ਨੇ, ਤਾਂ ਹੋਰ ਵੀ ਅਜੇ ਤੁਸੀਂ ਦੇਖੋ ਰੈਸਕਿਊ ਆਪਰੇਸ਼ਨ ਚੱਲ ਰਿਹਾ ਕਿਵੇਂ ਬੋਤਰ ਕਰੋ
ਦੇਣਾ ਤੇਰਾ ਮਾਈਕ ਕਹਿਣਾ ਪਾ ਲੇ ਲਗਾਉਂ ਚਲੋ ਲਾਈਵ ਬਾਡੀ ਨੂੰ ਖਿੱਚਿਆ ਜਾ ਰਿਹਾ ਕਿਉਂਕਿ ਬਾਡੀ ਦੇ ਵਿੱਚ ਜਿਸ ਤਰ੍ਹਾਂ ਦਾ ਫਸਿਆ ਪਹਿਲਾਂ ਹੱਥਾਂ ਦੇ ਨਾਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਜੇ ਵੀ ਮਹਿਲਾ ਪੁਲਿਸ ਮੁਲਾਜ਼ਮ ਵਿੱਚ ਫਸੀ ਹੋਈ ਹੈ, ਨਿਕਲਿਆ ਉੱਥੋਂ ਜਾ ਨਹੀਂ ਰਿਹਾ। ਨੀਚੇ ਲੱਤਾਂ ਨੇ ਗਈਆਂ, ਪੂਰੀ ਕੈਬਿਨ ਹੈ ਜਿਹੜੀ ਫਸੀ ਹੋਈ ਹੈ। ਇਹ ਪੂਰਾ ਕੈਬਿਨ ਕਿਵੇਂ ਫਿਸ ਗਿਆ, ਇਹ ਹੁੰਦਾ ਕਿ ਜਦੋਂ ਦੇਖੀਏ ਤਾਂ ਪਤਾ ਲੱਗਦਾ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਇਸ ਕੁੜੀ ਨੇ ਜਜ਼ਬਾ ਦਿਖਾਇਆ। ਨਹੀਂ ਬੰਦੇ ਦੇ ਵਿੱਚ ਆਪਣੇ ਹਾਲਾਤ ਵੀ ਕੰਮ ਕਰ ਗਿਆ, ਜਿਹੜਾ ਬੰਦਾ ਵਿੱਚ ਫਸਿਆ ਪਿਆ ਹੈ ਦੋਨੇ ਪਾਸੋਂ ਲਗਾਤਾਰ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ। ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਪਹੁੰਚੀਆਂ ਹੋਈਆਂ ਮੌਕੇ 'ਤੇ। ਕੈਬਿਨੇਟ ਟੁੱਟੀ ਜਾ ਰਹੀ ਆ, ਕੈਬਿਨੇਟ ਦੇ ਵਿੱਚ ਕੈਬਿਨੇਟ ਖਿੱਚਤੀ ਆ, ਹੁਣ ਬਾਹਰ ਕੱਢਿਆ ਜਾਊਗਾ। ਤੁਸੀਂ ਦੇਖੋ ਉਹਦੀ ਹਾਲਤ ਕਿਵੇਂ ਸਮਝੀ ਜਾ ਸਕਦੀ ਆ ਕੋਂਸਟੇਬਲ ਦੀ, ਕਿਵੇਂ ਹੌਸਲਾ ਵੀ ਦਿਖਾਉਂਦੀ ਆ ਵਿੱਚੋਂ ਵਿੱਚੋਂ, ਅਤੇ ਨਾਲੋਂ ਨਾਲ ਬੇਹੋਸ਼ ਹੋ ਰਹੀ ਆ। ਲੈ ਕੇ ਜਾਇਆ ਜਾਊਗਾ। ਇੰਨੀ ਮੁਸ਼ਕਲ ਜਦੋਂ ਇਸ ਕੈਬਿਨੇਟ ਨੂੰ ਤੋੜਨ ਤੋਂ ਲੈ ਕੇ ਉਹਨੂੰ ਬਾਹਰ ਕੱਢਣ ਦੇ ਵਿੱਚ ਲੱਗ ਗਈ, ਤਾਂ ਤੁਸੀਂ ਸਮਝ ਸਕਦੇ ਹੋ ਆਖਰ ਜਾਨ ਹੈ ਜਿਹੜੀ ਬਾਕੀ ਆ। ਹਰ ਕੋਈ ਇੱਥੇ ਇਹੀ ਅਰਦਾਸ ਕਰ ਰਿਹਾ ਹੈ ਨਾਲ ਦੀ ਨਾਲ ਜਿਹੜਾ ਕਿ ਲੈ ਕੇ ਜਾਇਆ ਜਾਊਗਾ। ਪੂਰੀ ਸੈਂਟਰ ਦੀ ਨਾਲ ਦੀ ਨਾਲ ਅਰੇ ਅਰੇ ਕੇ ਜੀ ਸ਼ੇਰੇ ਹਾਦਸਾ ਕਿਸੇ ਦੇ ਨਾਲ ਨਹੀਂ ਹੋ ਸਕਦਾ, ਪਰ ਉਹਦੇ ਨਾਲ ਦੇ ਹਿੰਮਤ ਦਿਖਾਉਣ ਇੱਕ ਮਹਿਲਾ ਪੁਲਿਸ ਵਾਸਤੇ ਯਾਰ ਇਹਨੇ ਵੀ ਬਾਹਰ ਨਿਕਲ ਲਓ। ਉਹ ਤੇਰੀ ਪਿੱਛੇ ਤੇ ਕਰ ਲਓ ਯਾਰ, ਗੁਲਾਟੀ ਗੁਲਾਟੀ ਆਪ ਆਕੇ ਆ ਕਹਿ ਰਹੇ ਹੋ ਕੱਟਣ ਦੀਆਂ ਤਸਵੀਰਾਂ ਵੀ ਤੇਰੀ ਆ ਰਹੇ ਸਾਰੇ ਮੀਡੀਆ ਦੇਖੋ ਕੱਟਣ ਸੈਂਟਰਾਂ ਦੇ ਵਿੱਚ ਹੋਈ ਹੈ।
ਕੈਮਰਾ ਨੀਚੇ ਕਰ ਨਜ਼ਰ ਆ ਰਿਹਾ ਹੈ।